ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿੱਦਾਂ ਸਾਰੇ? ਉਮੀਦ ਕਰਦੇ ਸਾਰੇ ਠੀਕ ਹੋ ਗਏ ਅਤੇ ਆਪਾਂ ਆਪਣੇ ਘਰਾਂ ਦੇ ਵਿੱਚ ਹੱਸਦੇ ਵਾਸਤੇ ਤਾਂ ਰਾਜੀ ਖੁਸ਼ੀ ਹੋ ਗਈ ਜੀ। ਵੈਲਕਮ ਬੈਕ ਟੂ ਨਿਊ ਵਲੌਗ, ਅਤੇ ਅੱਜ ਵਲੌਗ ਦੀ ਸ਼ੁਰੂਆਤ ਕਰਦੇ ਹਾਂ। ਟਾਈਮ ਹੋ ਗਿਆ ਸ਼ਾਮ ਦਾ 7 ਵਜੇ ਦਾ, ਅਤੇ ਮੰਮੀ ਲੈ ਕੇ ਆਏ ਸੀਗੇ, ਜਿੱਦਾਂ ਕਿ ਪਿਛਲੇ ਵਲੌਗ 'ਚ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿੱਦਾਂ ਸਾਰੇ? ਉਮੀਦ ਕਰਦੇ ਹਾਂ ਸਾਰੇ ਠੀਕ ਹੋ ਗਏ, ਆਪਾਂ ਆਪਣੇ ਘਰਾਂ ਦੇ ਵਿੱਚ ਹੱਸਦੇ ਵਾਸਤੇ ਅਤੇ ਰਾਜੀ ਖੁਸ਼ੀ ਹੋ ਗਈ ਜੀ। ਵੈਲਕਮ ਬੈਕ ਟੂ ਨਿਊ ਵਲੌਗ, ਅਤੇ ਅੱਜ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਜੀ। ਟਾਈਮ ਹੋ ਗਿਆ 7 ਵਜੇ ਦਾ, ਅੱਜ ਹੈਗਾ ਸੰਡੇ, ਅਤੇ ਮੰਮੀ ਆਏ ਸੀਗੇ, ਅਤੇ ਮੰਮੀ ਲੈ ਕੇ ਆਏ ਆਪਣੇ ਪੇਕਿਆਂ ਤੋਂ ਆ, ਇਹਨੂੰ ਬੋਲਦੇ ਕੁੰਦਰੂ ਵੀ ਬੋਲਦੇ ਆ, ਇਹਨੂੰ ਪਰਵਰ ਵੀ ਬੋਲਦੇ ਆ, ਅਤੇ ਤੁਸੀਂ ਦੱਸੋ ਤੁਹਾਡੇ ਕੀ ਬੋਲਦੇ ਆ? ਸਾਡੇ ਇੱਥੇ ਤਾਂ ਵੈਸੇ ਪਰਵਰ ਬੋਲਦੇ ਆ ਜਾਂ ਕੁੰਦਰੂ ਬੋਲਦੇ ਆ, ਅਤੇ ਅੱਜ ਆਪਾਂ ਕੁੰਦਰੂਆਂ ਦੀ ਸਬਜ਼ੀ ਬਣਾਉਣ ਲੱਗੇ ਸੀਗੇ। ਤੜਕਾ ਮੈਂ ਆਲਮੋਸਟ ਕੱਟ ਕੇ ਰੱਖ ਲਿਆ ਏ, ਅਤੇ ਕੜਾਹੀ ਦੇ ਵਿੱਚ ਤੇਲ ਵੀ ਪਾ ਲਿਆ ਏ, ਅਤੇ ਅੱਜ ਆਏ ਆ ਮੇਰੇ ਪੇਕੇ। ਆਪਣੀ ਨਾਨਾ ਦੇ ਨਾਨੀ ਤੋਂ ਗਲਾਸ ਲੱਗਣ ਦੀ, ਮੈਂ ਤੁਹਾਨੂੰ ਵਿਖਾ ਕੇ ਲਿਆਉਂਦੀ ਹਾਂ। ਇੰਨਾ ਚਿਰ ਥੋੜੀ ਲੱਗਦਾ, ਭਾਵੇਂ ਜਿੱਥੇ ਮਰਜ਼ੀ ਹੋਵੇ। ਹਾਂ ਹੈ, ਦੱਸ ਨਾ ਕੰਮ ਕਦੋਂ ਉਹ ਕੱਟੇ ਆਣ ਜਿਹੜੇ ਅੜ ਗਏ ਲੋਕਾਂ। ਸ਼ੁਕਰ ਨਾ ਖਾਈ ਵਰਦਾਂ ਵੇਲੋ, ਆ ਕਰਦਾ ਜੇ ਇਹ ਵਿਗੜਿਆ, ਇਹਨੂੰ ਫਿਰ ਸੁਧਾਰੋ, ਇਹਨੂੰ ਸੁਧਾਰੋ। ਆ ਗਏ ਨਾਨੂ, ਆਂਦੇ ਇੱਧਰ ਆ ਪ੍ਰਭ, ਗੱਲ ਸੁਣਾਉਣਾ। ਭੱਜ ਕੇ ਬਾਹਰ ਹੈ ਉਹ ਕੜੀ ਕਲੋਤਾ। ਆ ਕਸੂਰ ਇਹਦੇ ਦਾਦੇ, ਇੰਨਾ ਟਾਈਮ ਲਾ ਕੇ ਕਿਉਂ ਆਇਆ ਤੂੰ? ਸਬਜ਼ੀ ਲੈਣੀ ਕਿ ਆਮ ਵੇਚਣ ਲੱਗ ਪਿਆ ਸੀ ਨਾਲ ਕਰਕੇ? ਆਹੋ, ਉਦੋਂ ਹੀ ਕੀ ਹੁਣ ਵੇਲਾ 5 ਮਿੰਟਾਂ 'ਚ ਆ ਗਈ, ਜਾਣ ਕੇ ਟਾਈਮ ਲਾ ਕੇ ਆਇਆ। ਮੈਂ ਲੱਗੀ ਸੁੱਕੀ ਸਬਜ਼ੀ ਬਣਾਉਣ, ਤੇ ਮੈਂ ਫਿਰ ਦੋਵੇਂ ਸੁੱਕੀਆਂ ਸੁੱਕੀਆਂ ਹੈਗੀਆਂ, ਤੇ ਮੈਂ ਮਿੰਟਾਂ ਮਿੰਟ ਤੜਕਾ ਵਾਲਾ ਚੀਰਤਾ। ਮੈਂ ਖਾਸ ਮਟਰ ਪਨੀਰ ਬਣਾਉਣ ਲੱਗੀ, ਗ੍ਰੈਂਡ ਕੀਤੇ ਬਸ। ਮੈਂ ਮੁੜ ਕੇ ਦੋ ਸੁੱਕੀਆਂ ਦਾਲ ਮਸ ਥੋੜੀ ਸੀਗੀ, ਕੋਈ ਨੀ, ਬਸ ਸਾਰਾ ਕੁਝ ਕਰ ਲਿਆ, ਮੈਂ ਸਾਰਾ ਕੁਝ ਕਰ ਲਿਆ। ਇੰਨੀ ਕੁ ਤਾਂ ਥੋੜੀ ਸਰਨਾ ਵਾ ਤੂੰ, ਬਸ ਚੀਰ ਤੇ ਬਸ ਆਪਾਂ ਵਿਹਲੇ। ਗੁਰਮੀਤ ਕੌਰ ਟੈਨਸ਼ਨ ਨੀ ਲੈਣੀ, ਮੈਂ ਸਭ ਕੁਝ ਕਰਕੇ ਆਈ ਆ, ਤੜਕੇ ਲਾਉਣਾ ਵਾ, ਗ੍ਰੈਂਡ ਵੀ ਕਰਕੇ ਆਈ ਆ, ਸਾਰਾ ਕੁਝ ਕਰਕੇ ਆਈ ਆ। ਸਰਫਾ ਨੀ ਕਰੀ ਦਾ, ਜਤੀ ਘਰ ਆ ਗਈ, ਸਰਫਾ ਨਾ ਕਰ। ਆਹੋ ਜਵਾਈ ਤੇਰਾ ਸਪੈਸ਼ਲ, ਤੇ ਫੋਨ ਤੋਂ ਫੋਨ 3 ਫੋਨ ਆ ਗਏ ਆ। ਇਹ ਨਾ ਹੋਵੇ ਮੁੜ ਕੇ ਤੂੰ ਸਬਜ਼ੀ ਉਹੋ ਜਿਹੀ ਖਵਾ ਦੀ, ਉਹੋ ਜਿਹੀ ਖਵਾ ਦੀ। ਆਹੋ ਨਾ ਕਾਕੇ, ਮੁੜ ਕੇ ਫਿਰ ਤੁਸੀਂ ਆਓਗੇ ਨਾ, ਇਹ ਸੁੱਕੀ ਦਾਲ ਖਵਾ ਕੇ ਖਿਲਾ ਦਿੰਦੀ ਆ ਨਾ ਕਾਕਾ। ਨਹੀਂ ਬਸ ਤੂੰ ਮਿੰਟੋ ਮਿੰਟ ਕਰਦੇ, ਮਿੰਟੋ ਮਿੰਟ ਕਰ, ਮੈਂ 2 ਮਿੰਟ ਲੱਗ। ਇੱਥੇ ਮੈਂ ਵੀਡੀਓ ਐਡਿਟ ਕਰਨ ਦੀ ਹਾਂ, ਅਤੇ ਮੈਂ ਵੇਖਣ ਦਈ ਹਾਂ, ਹੁਣ ਮੈਨੂੰ ਯਾਦ ਆਇਆ ਕਿ ਵੇਲੋ ਹਨਾ ਕਿੱਦਾਂ ਮਾਂ ਵੇਲੋ ਜਦੋਂ ਧੀ ਦੇ ਘਰ ਆਉਂਦੀ ਆ, ਅਤੇ ਮਾਂ ਚਾਹੁੰਦੀ ਹੈ ਕਿ ਮੇਰੀ ਧੀ ਨੂੰ ਕੋਈ ਕਸ਼ਟ ਨਾ ਕਰਨਾ ਪਵੇ, ਹੈ ਨਾ, ਕਿ ਮੇਰੀ ਧੀ ਨੂੰ ਇਹ ਨਾ ਹੋਵੇ ਕੋਈ ਪਰੇਸ਼ਾਨੀ ਹੋਵੇ, ਜਿੱਦਾਂ ਵੀ ਹੈਗੀ ਹੋ, ਜਿੱਦਾਂ ਵੀ ਜੋ ਵੀ ਬਣਿਆ ਮੈਂ ਉਹਦੇ ਘਰ ਉਹੀ ਖਾਣਾ। ਅਤੇ ਇਹ ਹੁੰਦੀ ਹੈ ਇੱਕ ਮਾਂ, ਅਤੇ ਜੇ ਆਪਾਂ ਹਨਾ ਇਹ ਕੋਈ ਹੋਰ ਗੈਸਟ ਆਵੇ ਤਾਂ ਉਹਨੇ ਕਦੀ ਨਹੀਂ ਕਹਿਣਾ ਕਿ ਕੁਛ ਬਣਾ ਤੁਸੀਂ, ਬਸ ਜੋ ਹੈਗਾ ਆਪਾਂ ਉਹਦੇ ਨਾਲ ਖਾਵਾਂਗੇ। ਅਤੇ ਇਹ ਮਾਂ ਦਾ ਦਿਲ ਇੱਦਾਂ ਦਾ ਹੁੰਦਾ ਕਿ ਮਾਣ ਹੁੰਦਾ ਕਿ ਮੇਰਾ ਜਿਹੜੀ ਮੇਰੀ ਧੀ ਆ ਜਾਂ ਮੇਰਾ ਪੋਤਿਆਂ ਨੂੰ ਕੋਈ ਕਸ਼ਟ ਨਾ ਹੋਵੇ, ਹੈ ਨਾ। ਅਤੇ ਇੱਦਾਂ ਹੀ ਮੈਨੂੰ ਮੰਮੀ ਨੂੰ ਇਹ ਹੀਗਾ ਕਿ ਇਹ ਚਲੋ ਜੋ ਵੀ ਹੈਗਾ ਆਪਾਂ ਉਹ ਖਾਵਾਂਗੇ, ਤੂੰ ਕੁਛ ਨਹੀਂ ਹੁੰਦਾ, ਜੇ ਇੱਕ ਸਬਜ਼ੀ ਹੈਗੀ ਜਿਹੜੀ ਦਿਨ ਦੀ ਪਈ ਆਪਾਂ ਉਹੀ ਖਾਵਾਂਗੇ। ਤਾਂ ਮੈਂ ਵੀਡੀਓ ਐਡਿਟ ਕਰਨ ਦੀ ਹਾਂ, ਅਤੇ ਮੈਂ ਮੰਮੀ ਦੀਆਂ ਗੱਲਾਂ ਸੁਣਨ ਦੀ ਹਾਂ, ਅਤੇ ਮੈਨੂੰ ਹੁਣ ਚੰਗੀ ਤਰ੍ਹਾਂ ਸਮਝ ਆਈ, ਉਦੋਂ ਆਪਾਂ ਵੀਡੀਓ ਬਣਾਉਂਦੇ ਹਾਂ ਜਦੋਂ ਉਦੋਂ ਸਮਝ ਨਹੀਂ ਆਈ। ਅਤੇ ਚਲੋ ਵੀਡੀਓ ਨੂੰ ਅੱਗੇ ਇੰਜੋਏ ਕਰੋ। ਲੋ ਭਾਈ, ਰੱਬ ਦੀ ਲੱਗਣ ਦੀ ਹੈ ਕਲਾਸ, ਤੇ ਆਪਾਂ ਹੋਰ ਮਜ਼ੇ ਲਈ ਨਹੀਂ ਜਾ ਕੇ ਆਜੋ ਆਜੋ ਆਜੋ, ਕਿਉਂਕਿ ਇਹਨੂੰ ਇਹ ਨਾ ਨਾਨੀ ਨਾਨੀ ਤੋਂ ਨਾਨੀ ਨਾਨੀ ਦਾ ਲਾਡਲਾ ਬੜਾ ਭਾਂਦਾ, ਜਿਹਦੀ ਕਲਾਸ ਆਉਂਦੀ ਹੈ। ਪਾਣੀ ਵੀ ਲੈ ਕੇ ਆਉਣਾ ਇਹ ਦੋਵਾਂ ਜਣਿਆਂ ਨੇ। ਪਿਆਰ ਦੇ ਸਾਡੇ
ਮੇਰੇ ਖਾਨਦਾਨ ਚ ਖੂਨ ਚ ਨੀ ਹੈਗਾ ਤੇ ਅੜੇ ਖੂਨ ਚ ਪਿਆ ਨੀ ਆੜਾ ਖੂਨ ਹੀ ਗਰਮ ਆ ਉਹਨਾਂ ਨੂੰ ਮੈਂ ਏਦਾਂ ਕਦੀ ਨੀ ਕਿਹਾ ਤੁਹਾਡਾ ਕੀ ਭੈਣ ਭਰਾਵਾਂ ਦਾ ਰਿਸ਼ਤਾ ਮੈਂ ਖਲੋ ਗਿਆ ਨਾ ਨਾ ਵਿਛੜ ਦੇ ਆਉਂਦਿਆਂ ਮਿਲਿਆ ਨਾ ਆਪਾਂ ਨੂੰ ਆਉਂਦਿਆਂ ਫਿਕਰ ਕਰ ਮੇਰਾ ਵੀ ਫਿਕਰ ਕਰਦੇ ਚਲੋ ਮੇਰੇ ਤਾਂ ਗਲਤੀ ਹੋ ਗਈ ਮੈਨੂੰ ਮਾਫੀ ਦੇ ਦਿਓ ਮੈਨੂੰ ਮਾਫੀ ਦੇ ਦਿਓ ਪਤਾ ਕਿਹਦਾ ਬੰਦੂਕਾਂ ਰੱਖੀਆਂ ਗੱਲ ਬੜੀ ਵਧਾ ਚੜਾ ਕੇ ਦੱਸਦੀ ਇਹ ਘਰ ਚ ਪਾੜ ਪਾਉਂਦੇ ਆ ਮਾੜੀ ਚ ਨਾਨੀ ਘੁੰਮੀ ਚਲੋ ਰਾਤ ਦੇ ਵੱਜ ਜਿਹੜੇ 10:30 ਤੇ ਅਸੀਂ ਅਜੇ ਤੱਕ ਜਾਗਣ ਲੈ ਤੇ ਥੱਲੇ ਹੀ ਗੰਦੇ ਸੁੱਤੇ ਜੇ ਆ ਹੁੰਦਾ ਵਾ ਜਦੋਂ ਏ ਸੀ ਵਾਲੇ ਕਮਰੇ ਦੇ ਵਿੱਚ ਜ਼ਿਆਦਾ ਜਾਣਿਆਂ ਨੇ ਸੋਣਾ ਹੋਵੇ ਪਰ ਨਹੀਂ ਸਾਡੇ ਤੋਂ ਜਗ੍ਹਾ ਹੈਗੀ ਸੀਗੀ ਅਸੀਂ ਜਾਣ ਕੇ ਤੇ ਸੁੱਤੇ ਵਿਛਾ ਕੇ ਕਿੱਦਾਂ ਵਾਸੀਆਂ ਦੇ ਵਾਸੀਆਂ ਮਰ ਜਾਂਦੇ ਸੌਣ ਪਰ ਫਿਰ ਵੀ ਨਹੀਂ ਜਿੱਦੇ ਉੱਧਰ ਅੱਧੀ ਨੀਂਦ ਪੂਰੀ ਹੋ ਗਈ ਡੈਡੀ ਦੀ ਹੈਂ ਤੇ ਤੁਹਾਡੇ ਤੋਂ ਸੁੱਤਾ ਨਹੀਂ ਗਿਆ ਜੇ ਸਾਇਆ ਸਾਇਆ ਚੁੱਪ ਕਰਕੇ ਅੱਛਾ ਤੇ ਆ ਜਿਹੜੀਆਂ ਮੁੱਛਾਂ ਹੀ ਮਰੋੜਦਾ ਮੈਂ ਸਿਰ ਤੋਂ ਵੱਢ ਦੇਣੀਆਂ ਹੀ ਅਜੇ ਆਈਆਂ ਹੈਗੀਆਂ ਨੀ ਤੇਰੀਆਂ ਹੁਣ ਤੋਂ ਮੁੱਛਾਂ ਮੋੜਨ ਲੱਗ ਪਈਆਂ ਤੇਰੀਆਂ ਮੇਰੇ 'ਚ ਵਾਧੂ ਮਾਂ 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 ਹੋਤੀ ਹੈ ਮਾਂ ਮਾਂ ਹੋਤੀ ਹੈ ਮਾਂ ਮਾਂ ਮੇ ਹਿੰਮਤ ਬਹੁਤ ਹੋਤੀ ਹੈ ਹੈਂ ਕੰਧਰ ਨਹੀਂ ਬੋਲੀ ਜੋ ਜ਼ੋਰ ਜ਼ੋਰ ਨਾਲ ਆਹ ਤਾਂ ਸੁਸਤੀ ਜੀ ਦੀ ਭਰੀ ਹੈ ਮੜੀ ਜੀ ਆਵਾਜ਼ ਸੁਣ ਜਾਵੇ ਸਹੀ ਇਹਨੂੰ ਇੱਧਰ ਇਹਨੂੰ ਆਵਾਜ਼ ਸੁਣ ਜਾਵੇ ਸਹੀ ਕਿ ਕੁਝ ਖੁੱਲਣ ਦੇ ਇਹਨਾਂ ਨੂੰ ਕੋਈ ਚੰਗੇ ਬਿਸਕੁਟ ਨਹੀਂ ਲੱਭਦੇ ਬਸ ਇਹੋ ਲੱਭਦੇ ਇਹ ਵਧੀਆ ਭਲਾ ਕਿਉਂ ਲੱਗਦੇ ਪੰਜਾਬੀ ਤੁਹਾਨੂੰ ਪਤਾ ਲਾਲਚੀ ਲੋਕ ਇਹ ਥੋੜੇ ਆ ਜਾਂਦੇ ਆਉਂਦੇ ਆ ਤੇ ਖਾਣ ਚੀਜ਼ ਦਾ ਥੋੜਾ ਟਾਈਮ ਲੱਗ ਜਾਂਦਾ ਜਿਹੜੇ ਦੂਜੇ ਲੈ ਗਏ ਉਹ ਤੇ ਇੰਨੇ ਕੁ ਹੁੰਦੇ ਚਾਰ ਪੰਜ
ਨੋਰਮਲੀ ਵੇਖੀ ਤਾਂ ਦੋ ਹੀ ਲੈਂਦੇ, ਦੋ ਬਿਸਕਿਟ ਦੋ ਪੈਕਟਾਂ ਵੀ ਫਿਰ ਕੀ ਕਰੀਏ, ਅਕਸਰ ਹੋਏ ਅਸੀਂ ਵੀ ਤਾਂ ਪੰਜਾਬੀ ਨਾ, ਆਪਣੇ ਵਾਰੀ ਪੰਜਾਬੀ ਤੇ ਸਾਡੇ ਵਾਰੀ ਨੀਤ ਮਾੜੀ ਬੱਲੇ ਤੁਹਾਡੇ, ਉਹੀ ਗੱਲ ਤੁਹਾਡੀ ਹੈ ਫਿਰ, ਤੁਹਾਡਾ ਟੌਮੀ ਟੌਮੀ ਤੇ ਸਾਡਾ ਟੌਮੀ ਕੁੱਤਾ, ਇੱਧਰ ਬਚਾ ਲਏ ਉਹ ਵੀ ਮੈਂ ਲੈ ਲੈਣਗੀ, ਇਹ ਵੇਖ ਲਓ ਇਹਨਾਂ ਨੇ ਉਹਦੇ 'ਚ ਵੀ ਸਾਂਭ ਕੇ ਰੱਖ ਲਏ ਜੀ, ਚਲੋ ਸ਼ੁਕਰ ਮਨਾਓ ਪਰਮਾਤਮਾ ਦਾ ਕਿ ਇੰਨੀ ਕੁ ਬਚਤ ਇਹਨਾਂ 'ਚ ਹੈਗੀ ਆ, ਇੰਨੀ ਕੁ ਬਚਤ ਹੈ, ਬਚਤ 'ਚੋਂ ਬਚਤ ਕਹਿੰਦੇ ਪੰਜਾਬੀ, ਰੁਪਈਆ ਚੋਂ ਵੀ ਰੁਪਈਆ ਬਚਾਉਣਾ ਚਾਹੁੰਦੇ, ਵੀਡੀਓ ਨਹੀਂ ਵਧੀਆ ਬਣੀ, ਕਾਲੀ ਚਿੱਟੀ ਹੁੰਦੀ, ਪਹਿਲਾਂ ਹੀ ਦੱਸਿਆ ਸੀ ਤੁਹਾਨੂੰ, ਪਹਿਲਾਂ ਹੀ ਦੱਸਿਆ ਸੀ ਮੈਂ ਤੁਹਾਨੂੰ, ਨਹੀਂ ਕੀ ਕਰਾਂ ਹੁਣ ਤੁਸੀਂ ਹੈਗੇ ਕਾਲੇ ਜੇ, ਠੀਕ ਆ, ਅੱਜ ਇਹਨਾਂ ਨੇ ਘਰ ਚ ਗਦਰ ਵੇਖੋ ਮਚਾਇਆ ਪਿਆ ਕਿਦਾਂ, ਕੱਢ ਦੇ ਵਿੱਚ ਸਾਈਡ ਵਾਲੀ ਜੇਬ ਚੋਂ ਵੀ ਕੱਢਦਾ ਜੋ ਹੈਗਾ, ਟਾਈਮ ਹੋ ਗਿਆ 8:30 ਦਾ, ਅਤੇ ਅੱਜ ਮੈਂ ਟਾਈਮ ਨਾਲ ਰੋਟੀ ਬਣਾ ਲਈ ਸੀਗੀ, ਅਤੇ ਅੱਜ ਦੀ ਰੋਟੀ ਦੇ ਵਿੱਚ ਆਪਾਂ ਰਾਤੀ ਬਣਾਏ ਸੀਗੇ ਮਟਰ ਪਨੀਰ ਦਹੀਂ ਨਾਲ ਹੈਗੀ ਹੈ ਚਟਨੀ, ਅਤੇ ਹੁਣ ਆਪਾਂ ਬਸ ਰੋਟੀ ਖਾ ਕੇ ਅਤੇ ਆਪਣੇ ਥੋੜ੍ਹੇ ਜਿਹੇ ਕੱਪੜੇ ਜੋੜਨ ਵਾਲੇ ਪਏ ਉਹ ਜੋੜਾਂਗੇ, ਅਤੇ ਬਾਕੀ ਆਲਮੋਸਟ ਆਪਣਾ ਸਾਰਾ ਕੰਮ ਹੋ ਗਿਆ, ਸਾਫ਼ ਸਫਾਈ ਹੋ ਗਈ ਆ, ਅਤੇ ਰੋਟੀ ਅੱਜ ਮੈਂ ਟਾਈਮ ਨਾਲ ਹੀ ਖਾ ਲੈਣ ਲੱਗੀ ਕਿਉਂਕਿ ਡੈਡੀ ਨੂੰ ਬਣਾ ਕੇ ਦਿੱਤੀ, ਅਤੇ ਮੰਮੀ ਚਲੇ ਗਏ ਨੇ, ਪ੍ਰਭ ਮੰਮੀ ਨੂੰ ਛੱਡ ਲਓ, ਅਤੇ ਡੈਡੀ ਨੇ ਰੋਟੀ ਖਾ ਕੇ ਅਤੇ ਉੱਥੇ ਹੀ ਜਾਣਾ ਸੀਗਾ, ਅਤੇ ਮੰਮੀ ਚਲੇ ਗਏ ਘਰ ਨੂੰ ਵਾਪਸ, ਪ੍ਰਭ ਛੱਡਣ ਗਿਆ, ਅਤੇ ਹੁਣ ਆਪਾਂ ਰੋਟੀ ਖਾ ਲਈਏ ਫਿਰ ਤੁਹਾਨੂੰ ਮਿਲਦੇ ਹਾਂ, ਠੀਕ ਆ। ਲੋ ਗਾਇਸ ਟਾਈਮ ਹੋ ਗਿਆ ਦੁਪਹਿਰ ਦਾ 12:30 1:15 ਦਾ ਟਾਈਮ ਹੋ ਗਿਆ, ਅਤੇ ਇੰਨੀ ਕੁ ਜ਼ਿਆਦਾ ਧੁੱਪ ਆ ਨਾ ਬਾਹਰ, ਅਤੇ ਜਗਰੂਪ ਆਉਂਦਾ ਡਿਊਟੀ ਤੋਂ, ਜਗਰੂਪ ਨੇ ਮੈਨੂੰ ਪਹਿਲਾਂ ਹੀ ਫੋਨ ਕਰਦਾ ਕਿ ਗੇਟ ਖੋਲ੍ਹ ਦੇ, ਅਤੇ ਮੈਨੂੰ ਇੱਧਰ ਇੱਕ ਮੇਰੇ ਅੱਖਾਂ ਦੇ ਵਿੱਚ ਸੂਰਜ ਪਿਆ, ਕਿਤੇ ਧੁੱਪ ਇੰਨੀ ਜ਼ਿਆਦਾ ਹੈ ਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਗੇਟ ਖੋਲ੍ਹਣ ਕਿਤੇ ਗੇਟ, ਚਲੋ
ਉਹ ਗੇਟ ਤੇ ਖੁੱਲਣਾ ਹੀ ਹੁੰਦਾ, ਜਿਹੜਾ ਗੇਟ ਤੱਪਿਆ ਹੁੰਦਾ ਨਾ, ਹਾਏ ਹਾਏ ਉਹਨੂੰ ਵੇਖ ਕੇ ਤੇ ਮੈਂ ਨਹੀਂ ਆ, ਗੇਟ ਤੋਂ ਹੱਥ ਨਹੀਂ ਲੱਗਦਾ ਇਸ ਟਾਈਮ ਜਦੋਂ ਗੇਟ ਤੱਪਿਆ ਹੋਵੇ, ਬੜਾ ਬੁਰਾ ਹਾਲ ਹੋਇਆ ਹੁੰਦਾ। ਮੈਂ ਜਲਦੀ ਜਲਦੀ ਗੇਟ ਖੋਲ੍ਹਾਂ, ਅਤੇ ਜੇ ਕਿਤੇ ਬਾਈ ਚਾਂਸ ਬਿਨੇ ਬੰਦਾ ਭੱਜਾ ਭੱਜਾ ਕਾਹਲੀ ਦੇ ਵਿੱਚ ਗੇਟ ਖੋਲ੍ਹਣ ਲੱਗਾ, ਭੱਜਾ ਆਵੇ ਅੰਦਰੋਂ ਮੇਰੇ ਵਰਗੀ ਜਦੋਂ ਕਾਹਲੀ ਦੇ ਵਿੱਚ, ਅਤੇ ਜੇ ਕਿਤੇ ਮੈਂ ਚੱਪਲਾਂ ਨਾ ਪਾਈਆਂ, ਉਹ ਮੈਂ ਨਹੀਂ, ਜਿਨ੍ਹਾਂ ਦੇ ਦੋ ਪੈਰ ਲੱਗਦੇ ਉਹ ਸੌਖੇ, ਉਹ ਤਾਂ ਚੱਲ ਭੱਜ ਕੇ ਗੇਟ ਤੱਕ ਪਹੁੰਚ ਜਾਂਦੇ, ਅਤੇ ਮੇਰੇ ਵਰਗੀ ਤੇ ਉਹ ਮੈਨੂੰ ਤਾਂ ਇੱਕ ਪੈਰ ਨਾ ਭੱਜ ਕੇ ਜਾਣਾ ਪਵੇ, ਬੜੀ ਬੁਰੀ ਹਾਲਤ। ਅਤੇ ਉਹ ਵਿਚਾਰੇ ਸਾਡੇ ਮਿਸਤਰੀ ਵੀ ਕੰਮ ਕਰਨ ਦਿਆ ਉੱਥੇ ਵਿਚਾਰੇ ਧੁੱਪੇ, ਬੜੀ ਬੁਰੀ ਹਾਲਤ। ਅਤੇ ਇੱਧਰ ਉੱਤੋਂ ਗੇਟ ਨੂੰ ਨਾ ਹੱਥ ਨਹੀਂ ਲੱਗਣ ਦਿਆ, ਇਹ ਤਾਂ ਐਂ ਕਰੰਟ ਕਰੰਟ ਮਾਰਦਾ, ਐਂ ਤਾਂ ਪਿਆ ਵੀ ਜਿਵੇਂ ਕਰੰਟ ਮਾਰਨ ਦਿਆ ਹੁੰਦਾ, ਉਹ ਬੜੀ ਬੁਰੀ ਹਾਲਤ। ਜੇ ਮੈਂ ਗੇਟ ਖੋਲ੍ਹਾਂ ਫਿਰ ਪੈ ਜੀ ਤੁਹਾਨੂੰ ਗਰਮੀ ਤੇ ਵਾਕਈ ਮੈਂ ਹੁਣ ਗੇਟ ਖੋਲਣ ਗਈ ਹਾਂ ਤੇ ਇੰਨਾ ਬੁਰਾ ਹਾਲ ਗਰਮੀ ਦਾ, ਤੇ ਮੈਂ ਚੱਲ ਵਿਚਾਰਿਆਂ ਨੇ ਇੰਨੀ ਗਰਮੀ ਦੇ ਚੜ੍ਹਨਾ, ਬੱਸਾਂ ਦੇ ਵਿੱਚ ਸੇਕ ਵੱਜ ਵੱਜ ਕੇ ਇੱਕ ਦੂਜੇ ਹੋਰ ਤੇ ਹੋਰ ਜ਼ਿਆਦਾ ਬੁਰੀ ਹਾਲਤ ਹੋ ਜਾਂਦੀ ਆ, ਤੇ ਇਸ ਕਰਕੇ ਮੈਂ ਚਲੋ ਪਹਿਲਾਂ ਲੱਸੀ ਬਣਾ ਕੇ ਰੱਖਣਾ, ਤੇ ਇਹੀ ਘਰ ਵਾਲਿਆਂ ਨੂੰ ਵਿਚਾਰਿਆਂ ਨੂੰ ਤਾਂ ਸਰਪ੍ਰਾਈਜ਼ ਦੇਣਾ, ਹੋਰ ਉਹਨਾਂ ਨੂੰ ਆਪਾਂ ਸਰਪ੍ਰਾਈਜ਼ ਦੇਣਾ, ਅਤੇ ਮੈਂ ਉਹਨਾਂ ਨੂੰ ਅੱਜ ਸਰਪ੍ਰਾਈਜ਼ ਦਿੰਦੀ ਹਾਂ। ਅਤੇ ਵੈਸੇ ਤਾਂ ਮੇਰੀ ਆਦਤ ਹੈ ਕਿ ਲੱਸੀ ਜਾਂ ਕੁਛ ਵੀ ਹੈ ਨਾ, ਲੀਕੁਇਡ ਚੀਜ਼ਾਂ ਪੀਵਾਂਗੇ ਨਾ ਤੇ ਉਹਨਾਂ ਹੀ, ਅਤੇ ਠੰਡੀਆਂ ਚੀਜ਼ਾਂ ਚਲਾਓ ਹਾਂ ਏਸੀ ਚੱਲਦਾ ਥੋੜਾ ਟਾਈਮ ਤੇ ਆ ਪ੍ਰਭਾ, ਬਾਕੀ ਦਾ ਪਾਣੀ ਜਿਹੜਾ ਫਰਿੱਜ ਚ ਰੱਖਿਆ ਤੇ ਆ ਜਾ, ਆ ਲੱਸੀ ਚੁੱਕ ਲੈਂਗੇ ਅੰਦਰ, ਉਹ ਕੀ ਰੱਖ ਹੁੰਦਾ ਇਹਨੂੰ, ਇਹ ਇੱਥੇ ਆਪਾਂ ਕੀ ਕਰਨਾ ਪੂਰੇ ਟਾਈਮ ਤੇ ਪਹੁੰਚਿਆ। ਮੈਂ ਚੱਲ ਚੰਗਾ ਹੋ ਗਿਆ, ਮੈਂ ਦੇਖਣ ਨਿਆਣੇ ਨੂੰ ਗਾਲਾਂ ਕੱਢਣਗੀ, ਇੱਕ ਗਰਮੀ ਇੰਨੀ ਆ, ਇੱਕ ਉੱਤੋਂ ਤੂੰ ਉਹ ਗੱਲ ਚਾਬੀ ਸੰਭਾਲ ਕੇ ਨੀ ਰੱਖ ਸਕਦਾ ਜਾ ਕੇ, ਚਾਦਰ ਦੇ ਉੱਤੇ ਰੱਖੀ ਕਿਉਂ ਪੁੱਤ, ਉਹ ਵੀ ਰੱਖ ਦਹੀਂ ਵਾਲਾ ਜੱਗ ਹਾਂ ਫਰਿੱਜ 'ਚ। ਚੱਲ ਆ ਜਾ, ਆ ਲੱਸੀ ਫੜ ਲਈ, ਚੰਗਾ ਪਰ ਇੱਕ ਗੱਲ ਮਾੜੀ ਆ ਵੀ ਜਿਹੜਾ ਏ ਸੀ ਨਹੀਂ ਚੱਲਣ ਦਿਆ, ਹੋਰ ਤਾਂ ਗੱਲ ਚਲੋ ਬਾਕੀ ਸਭ ਠੀਕ ਹੀ ਠਾਕ ਆ। ਚੱਲ ਆ ਲੈ ਪੁੱਤ ਰੱਖ ਦੇ ਤੂੰ ਸਿੱਖਿਆ ਫਿਰ।